ਅਚਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਵਿਦੇਸ਼ਾਂ ਤੋਂ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਹ ਸਹਾਇਤਾ ਕੇਂਦਰ ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਘੰਟਾਗਾਰ ਪ੍ਰਵੇਸ਼ ਦੁਆਰ ਵਾਲੇ ਪਾਸੇ ਬਣਾਇਆ ਗਿਆ ਹੈ। ਜਿਸ ਦੀ ਸ਼ੁਰੂਆਤ ਅੱਜ ਅਰਦਾਸ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਆ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਨਤਮਸਕ ਹੁੰਦੀ ਹੈ ਜਿਸ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਵੀ ਮੌਜੂਦ ਹੁੰਦੀਆਂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਸੰਗਤਾਂ ਦੀ ਸਹੂਲਤ ਲਈ ਭਾਵੇਂ ਪਹਿਲਾਂ ਹੀ ਸੂਚਨਾ ਕੇਂਦਰ ਸਥਾਪਿਤ ਹੈ ਜਿੱਥੇ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਨੂੰ ਸ੍ਰੀ ਦਰਬਾਰ ਸਾਹਿਬ ਬਾਰੇ ਬੜਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਪਰ ਹੋਰਨਾਂ ਦੇਸ਼ਾਂ ਦੀ ਸੰਗਤ ਨੂੰ ਭਾਸ਼ਾ ਦੀ ਸਮੱਸਿਆ ਬਣੀ ਰਹਿੰਦੀ ਹੈ ਇਸ ਲਈ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਨੂੰ ਜਾਣਕਾਰੀ ਦੇਣ ਦੇ ਲਈ ਵਿਸ਼ੇਸ਼ ਸਹਾਇਤਾ ਕੇਂਦਰ ਖੋਲਿਆ ਗਿਆ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਾਵੇਂ ਸਾਡੇ ਪਹਿਲਾਂ ਵੀ ਇਨਫੋਰਮੇਸ਼ਨ ਸੈਂਟਰ ਜਿਹੜਾ ਹੋਂਦ ਵਿੱਚ ਆ ਔਰ ਸਾਰਿਆਂ ਨੂੰ ਆਇਆ ਗਿਆ ਨੂੰ ਇਨਫੋਰਮੇਸ਼ਨ ਵੀ ਦਿੰਦੇ ਆ ਤੇ ਜਿਹੜੇ ਕੋ VIP ਡੈਗਨੇਟਰੀ ਆਉਂਦੇ ਆ ਉਹਨਾਂ ਦਾ ਵੀ ਸਤਕਾਰ ਇੱਥੇ ਭੇਟ ਕੀਤਾ ਜਾਂਦਾ ਪਰ ਜਿਹੜੇ NRI ਵੀ ਕਿਉਂਕਿ ਬਹੁਤ ساری ਦੁਨੀਆ ਵਿਦੇਸ਼ਾਂ ਚ ਚਲ ਗਏ ਤੇ ਉਹ ਜਲੇ ਬਾਪ ਸੌਂਦੇ ਆ ਤੇ ਕਈ ਵਾਰੀ ਇੱਥੇ ਫਿਰ ਤਵਕਕਉ ਨਹੀਂ ਦਿੱਤੀ ਜਾਂਦੀ ਤਵਕਕਉ ਇਹਦਾ ਸੈਂਸ पे ਔਰ ਆਰਡਨਰੀ ਤੌਰ ਦੇ ਉੱਤੇ ਹੀ ਬਾਕੀ ਸ਼ਰਧਾਲੂਆਂ ਵਾਂਗੂ ਕਈ ਵਾਰੀ ਉਹ ਫਿਰ ਆਪਣੇ ਆਪ ਨੂੰ ਅਣਗੌਲੇ ਆ ਮਹਿਸੂਸ ਕਰਦੇ ਆ ਸੋ ਉਹਨਾਂ ਦੀ ਸਹੂਲਤ ਲਈ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਇੱਕ ਐਨ ਆਰ ਆਈ ਜਿਹੜਾ ਉਹ ਸਹਾਇਤਾ ਕੇਂਦਰ ਬਣਾਇਆ ਗਿਆ ਤਾਂ ਕਿ ਜਿਹੜੇ ਬਾਹਰੋਂ ਆਉਂਦੇ ਆ ਉਹ ਇਧਰ ਵੱਖਰੇ ਸਾਰਿਆਂ ਨੂੰ ਟ੍ਰੀਟ ਕੀਤਾ ਜਾਵੇ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਕਿਉਂਕਿ ਜਿਹੜੇ ਵਿਦੇਸ਼ੀ ਭਾਰਤੀ ਆ ਇਹ ਕੁਝ ਨਿਯਮਾਂ ਦੇ ਵੀ ਨਾਲ ਚੱਲਦੇ ਆ ਸੋ ਅਸੀਂ ਵੀ ਚਾਹੁੰਦੇ ਵੀ ਇੱਥੇ ਉਹਨਾਂ ਨੂੰ ਆਇਆਂ ਨੂੰ ਕੋਈ ਪਰੇਸ਼ਾਨੀ ਦਾ ਕਾਰਨ ਨਾ ਬਣ ਇਸ ਕਰਕੇ ਅੱਜ ਇਨਫੋਰਮੇਸ਼ਨ ਸੈਂਟਰ ਦੇ ਨਾਲ ਐਨ ਆਰ ਆਈ ਸਹਾਇਤਾ ਕੇਂਦਰ ਉਹਨਾਂ ਨੂੰ ਸਿਰਫ ਕੇਵਲ ਉਹਨਾਂ ਨੂੰ ਡੀਲ ਕਰੂਗਾ ਇਹ ਅੱਜ ਖੋਲਿਆ ਤੋ ਸਾਰੀ ਜਿੰਨੇ ਵੀ ਸੰਗਤ ਆ ਸਾਰਿਆਂ ਨੂੰ ਸਿਨੇਮਰ ਬੇਨਤੀ ਵੀ ਆ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਘਰਾਂ ਦੇ ਵਿੱਚ ਚਾਹੇ ਵਿਦੇਸ਼ ਚ ਵਿੱਚ ਸਿੱਖ ਰਹਿੰਦਾ ਉਹਦੀ ਹਰ ਵੇਲੇ ਚਾਹਣਾ ਹੁੰਦੀ ਆ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਕਦ ਜਾਵਾਂ ਤੇ ਜਾ ਕੇ ਆਪਣੇ ਮੱਥੇ ਨੂੰ ਧੂੜੀ ਲਾਵਾਂ ਸੋ ਅੱਜ ਉਹਨਾਂ ਦੀ ਵਿਸ਼ੇਸ਼ ਸਹਿਤਲੇ ਚਿੰਤ ਕੇਂਦਰ ਜਿਹੜਾ ਖੋਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ